ਅੱਜ ਫਗਵਾੜਾ ਵਿਖੇ ਪੰਜਾਬ ਪੁਲਿਸ ਵੱਲੋਂ 31ਵਾਂ ਨੈਸ਼ਨਲ ਰੋਡ ਸੇਫਟੀ ਹਫ਼ਤਾ 2020 ਟ੍ਰੈਫਿਕ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਫਗਵਾੜਾ ਪੁਲਿਸ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ। ਇਸ ਮੌਕੇ ਤੇ ASI ਸੁਰਿੰਦਰ ਸਿੰਘ, ASI ਅਮਰਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ। ਵਤਨ ਕੀ ਰਾਹੇ ਤੋਂ ਸੁਨੀਤਾ ਮੈਦਾਨ ਦੀ ਰਿਪੋਰਟ। ਭੁੱਲ ਚੁੱਕਿਆ ਉਹਨੂੰ ਯਾਦ ਕਰਾਉਣਾ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਅਸੀਂ ਸਕੂਲ ਦੇ ਵਿੱਚ ਜਾਂਦੇ ਹਾਂ ਤੇ ਰੋਜ਼ ਸਾਨੂੰ ਜਿਹੜਾ ਟੀਚਰ ਹੈ ਇੱਕ ਲੈਸਨ ਦਿੰਦਾ ਹੈ, ਉਹ ਇਹਦਾ ਕਾਰਨ ਇਹ ਹੁੰਦਾ ਕਿ ਸਾਨੂੰ ਲੈਸਨ ਪੜ੍ਹਾਉਂਦਾ ਤੇ ਘਰ ਜਾਣ ਨੂੰ ਯਾਦ ਕਰਨ ਵਾਸਤੇ ਵੀ ਦਿੰਦਾ ਹੈ ਕਿ ਇਹਨੂੰ ਰਿਪੀਟ ਹੋ ਜਾਏ। ਪਰ ਫਿਰ ਵੀ ਅਸੀਂ ਕਈ ਵਾਰ ਅਣਗਹਿਲੀ ਵਰਤਦੇ ਹਾਂ, ਛੋਟੀ ਛੋਟੀ ਸਾਡੀ ਗਲਤੀਆਂ ਹੁੰਦੀਆਂ ਨੇ। ਜਿਸ ਤਰ੍ਹਾਂ ਅਸੀਂ ਤੁਹਾਡਾ ਜ਼ਿਆਦਾਤਰ ਜਿਹੜਾ ਹੈਗਾ, ਤੁਸੀਂ ਡਰਾਈਵਰ ਮੇਰੇ ਵੀਰ ਹੋ, ਤੁਹਾਡਾ ਟਰਾਂਸਪੋਰਟ ਅਤੇ ਟ੍ਰੈਫਿਕ ਦਾ ਰਿਸ਼ਤਾ ਬਹੁਤ ਨਜ਼ਦੀਕੀ ਹੈ। ਆਪਾਂ ਨਜ਼ਦੀਕੀ ਛੋਟੀ ਛੋਟੀਆਂ ਗਲਤੀਆਂ ਕਰਦੇ ਹਾਂ। ਆਪਾਂ ਜਦੋਂ ਆਟੋ ਚਲਾਉਂਦੇ ਹੈਗੇ ਹਾਂ, ਆਪਾਂ ਦੇਖਦੇ ਹਾਂ ਕਿ ਆਪਾਂ ਆਟੋ ਨੂੰ ਲੈ ਜਾ ਰਹੇ ਹਾਂ, ਸਵਾਰੀ ਨੇ ਹੱਥ ਤਾਂ ਆਪਾਂ ਜਸਟ ਬ੍ਰੇਕ ਮਾਰੀ, ਪਿੱਛੇ ਨਹੀਂ ਦੇਖਦੇ, ਅੱਗੇ ਨਹੀਂ ਦੇਖਦੇ, ਹੈਡ ਟੱਲੀ ਸਵਾਰੀ ਚੱਕਣੀ ਹੈ, ਅੱਗੇ ਚੱਕੋ, ਤੁਹਾਡਾ ਹੱਕ ਹੈ, ਰਾਈਟ ਹੈ, ਤੁਸੀਂ ਗੌਰਮੈਂਟ ਟੈਕਸ ਪੇ ਕਰਦੇ ਹੋ। ਪਰ ਇੰਨਾ ਜ਼ਰੂਰ ਕਰੋ, ਪਿਛਲੀ ਉਹਦੀ ਟਰੈਫਿਕ ਦੇਖ ਲਓ, ਆਪਾਂ ਬ੍ਰੇਕ ਮਾਰੀ, ਬ੍ਰੇਕ ਮਾਰਨ ਦੇ ਨਾਲ ਕੀ ਹੁੰਦਾ ਕਿ ਪਿੱਛੇ ਜਿਹੜਾ ਆ ਰਿਹਾ ਉਹ ਹਿੱਟ ਹੋ ਜਾਂਦਾ। ਇੱਕ ਆਮ ਤੌਰ 'ਤੇ ਦੇਖਿਆ ਗਿਆ, ਸਾਰੇ ਇਸ ਗੱਲ ਨੂੰ ਨੋਟਸ ਲਿਓ ਵੀ ਆਪਾਂ ਜਦੋਂ ਵੀ ਸਵਾਰੀ ਉਤਾਰਦੇ ਹਾਂ, ਆਪਾਂ ਇਹ ਨਹੀਂ ਦੇਖਦੇ ਵੀ ਸਾਡੇ ਕਿਧਰਲੇ ਪਾਸੇ ਸਵਾਰੀ ਉਤਰਨੀ ਚਾਹੀਦੀ ਆਟੋ, ਹਮੇਸ਼ਾ ਜਿਹੜੀ ਸਵਾਰੀ ਆ ਤੁਸੀਂ ਕਿਧਰਲੇ ਪਾਸੇ ਉਤਾਰ ਰਹੀ ਹੈ, ਕਿੱਧਰ ਉਤਾਰ ਰਹੀ ਹੈ, ਖੱਬੇ ਪਾਸੇ ਉਤਾਰ ਰਹੀ ਹੈ, ਸੱਜੇ ਪਾਸੇ ਤੁਸੀਂ ਹਮੇਸ਼ਾ ਜਿਹੜੀ ਆ ਤੁਹਾਡੀ ਟਰੈਫਿਕ ਆ ਰਹੀ ਹੈ, ਸਵਾਰੀ ਉਤਰਦੀ ਹੈ, ਪਿੱਛੋਂ ਟਰੈਫਿਕ ਆ ਰਹੀ ਹੈ, ਹਿੱਟ ਹੋ ਜਾਂਦੀ ਹੈ। ਤੁਸੀਂ ਜੋ ਕਿਰਾਇਆ 10-15-20 ਰੁਪਏ ਲੈਣਾ ਹੁੰਦਾ, ਉਸ ਤੋਂ ਤੁਹਾਨੂੰ 1000 ਗੁਣਾ ਸਵਾਰੀ ਨੂੰ ਫਿਰ ਦੇਣਾ ਪੈਂਦਾ। ਆਪਾਂ ਜਦੋਂ ਵੀ ਆਟੋ ਚਲਾਉਂਦੇ ਹਾਂ ਬਹੁਤ ਤੇਜ਼ ਰਫ਼ਤਾਰ ਚਲਾਉਂਦੇ, ਇਹਦਾ ਆਟੋ ਭਾਵੇਂ ਬਾਅਦ 'ਚ ਕਵਾਂ, ਇਹਨੂੰ ਜਿਹੜਾ ਮੇਨ ਇਹਦਾ ਨਾਂ ਹੈਗਾ, ਇਹਦਾ ਹੈਗਾ ਥ੍ਰੀ ਵੀਲਰ, ਤਿੰਨਾਂ ਟਾਇਰਾਂ 'ਤੇ ਚੱਲਣ ਵਾਲਾ ਵਹੀਕਲ, ਅਤੇ ਚੌਂ ਟਾਇਰਾਂ ਦਾ ਕੰਟਰੋਲ ਬਹੁਤ ਮੁਸ਼ਕਲ ਨਾਲ ਹੁੰਦਾ, ਅਤੇ ਆਪਾਂ ਜਦੋਂ ਇਹਨੂੰ ਬ੍ਰੇਕ ਲਗਾਉਂਦੇ ਹਾਂ ਤੁਸੀਂ ਦੇਖਦੇ ਹੋ ਵੀ ਇਹ, ਤਾਂ ਅਸੀਂ ਆਪਣੇ ਮੁਲਾਜ਼ਮ ਨੂੰ ਆਖਿਆ ਵੀ ਜੇ ਇਹ ਸੀਟ ਕਰਾਉਂਦਾ ਤਾਂ ਉਹ ਰੋਕਣਾ, ਉਹਨੂੰ ਲਗਾ ਦਿਓ, ਕਿਉਂਕਿ ਇਹਦਾ ਕੰਟਰੋਲ ਕਰਨਾ ਬਹੁਤ ਔਖਾ ਆ। ਡਰ ਵੀ ਦੇਖਿਆ ਗਿਆ, ਮੈਨੂੰ ਇਸ ਗੱਲ ਦਾ ਮਾਣ ਹੈ ਕਿ ਤੁਸੀਂ ਸਾਡੇ ਕੋਲ ਸਾਰਿਆਂ ਕੋਲ ਲਾਈਸੈਂਸ ਸਾਡੇ ਤੁਸੀਂ ਜਿਹੜੇ ਆ ਬਹੁਤ ਵਧੀਆ ਚਲਾ ਰਹੇ ਹੋ, ਇਸ ਗੱਲ ਦੀ ਗੱਲ ਖੁਸ਼ੀ ਹੈ। ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ, ਜਦੋਂ ਵੀ ਆਪਾਂ ਰੈੱਡ ਲਾਈਟ 'ਤੇ ਰੁਕਦੇ ਹਾਂ ਤਾਂ ਕਦੀ ਵੀ ਰੈੱਡ ਲਾਈਟ ਜੰਪ ਨਹੀਂ ਕਰਨਾ, ਪਾਰ ਨਹੀਂ ਕਰਨਾ, ਸਾਰੇ ਰੈੱਡ ਲਾਈਟ ਬਾਰੇ ਪਤਾ ਹੈ, ਜਦੋਂ ਰੈੱਡ ਲਾਈਟ ਹੋ ਗਈ ਉਹਦਾ ਮਤਲਬ ਰੁਕਣਾ, ਕਹਿ ਲਓ ਤੇ ਤਿਆਰੀ ਔਰ ਚੱਲਣ ਇੰਤਜ਼ਾਰੀ, ਤਿਆਰ ਹੋ ਜਾਣਾ ਪਰ ਇੰਤਜ਼ਾਰ ਕਰਨਾ ਗ੍ਰੀਨ ਦਾ, ਜਦੋਂ ਗ੍ਰੀਨ ਹੋ ਗਈ ਫਿਰ ਚੱਲਣਾ। ਦੇਖਣ ਵਿੱਚ ਕੀ ਆਇਆ ਕਿ ਬਹੁਤ ਸਾਰਾ ਜਲੰਧਰ ਦੇ ਵਿੱਚ ਜਦੋਂ ਯੈਲੋ ਲਾਈਟ ਹੁੰਦੀ ਸੀ ਲੋਕ ਚੱਲਣਾ ਸ਼ੁਰੂ ਕਰ ਦਿੰਦੇ ਸੀ, ਐਕਸੀਡੈਂਟ ਬਹੁਤ ਹੋਣ ਲੱਗ ਪਿਆ। ਹੁਣ ਤੁਸੀਂ ਜਾਓਗੇ ਨਾ